किन्ने पैसे ठग लिया थे को और किन्ने ठगे 25,35,000 की साढ़े ठगी हुई है जी। 2,00,000 रुपया जी बाय अकाउंट दिता जी ओदे मतलब रियल अकाउंट च बाकी 23,00,000 रुपया 35,000 से नकद दिता जी कैश नैना स्पोर्ट से एक पेज दफ्तर बनाया हुआ जी। वड्डे पद्धर से इन्हां दे पीड़ित नौजवान है जिहड़े नौजवान बच्चियां जिहड़ियां ओह खड़ियां ने बड़ियां बड़ियां कोठियां लेके बड़े बड़े दफ्तर बना के लोकां दे बच्चियां नूं लुटिया जा रहा है। ਪੰਜਾਬ ਵਿੱਚ ਰੁਜ਼ਗਾਰ ਨਾ ਮਾਤਰ ਹੈ, ਕੋਈ ਨੌਕਰੀਆਂ ਨਹੀਂ ਨਿਕਲ ਰਹੀਆਂ ਔਰ ਜਿਹੜੇ ਪੰਜਾਬ ਦੇ ਭੋਲੇ ਭਾਲੇ ਨੌਜਵਾਨ ਆ ਆਪਣੇ ਉਜਵਲ ਭਵਿੱਖ ਵਾਸਤੇ ਬਾਹਰਲੇ ਦੇਸ਼ਾਂ ਨੂੰ ਕਤਾਰ ਕਰ ਰਹੇ ਨੇ। ਮਤਲਬ ਕਿਤੇ ਨਾ ਕਿਤੇ ਜਦੋਂ ਉਹ ਕੋਸ਼ਿਸ਼ ਕਰਦੇ ਨੇ ਕੁਝ ਠੱਗ ਲੋਕ ਜਾਂ ਠੱਗ ਜਿਹੜੀ ਕੰਪਨੀਆਂ ਵਾ ਉਹ ਇਹਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਨੇ। ਇੱਦਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਵਾ ਇੱਕ ਪੰਜਾਬ ਦਾ ਨੌਜਵਾਨ ਆ ਜਿਹਦੇ ਨਾਲ ਲੱਖਾਂ ਦੀ ਠੱਗੀ ਮਾਰ ਲਈ ਆ। ਕਿਉਂ ਮਾਰ ਲਈ ਆ ਔਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਜੈਂਟ ਦੀ ਕੋਠੀ ਦੇ ਕੇ ਧਰਨਾ ਕਿਉਂ ਲਾਇਆ ਹੋਇਆ ਵਾ ਉਹਨਾਂ ਦੇ ਮੂੰਹ ਸੁਣ ਲੈਂਦੇ ਆ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ। ਕਿੱਥੇ ਰਹਿਣ ਵਾਲੇ ਹੋ? ਮੈਂ ਜੀ ਵਿਲੇਜ ਘਮੂਰਘਾਟ ਹੈ ਜੀ, ਡਿਸਟ੍ਰਿਕਟ ਸੰਗਰੂਰ। ਕਿੰਨੇ ਪੈਸੇ ਠੱਗ ਲਏ ਤੁਹਾਡੇ ਕੋ ਔਰ ਕਿੰਨੇ ਠੱਗੇ ਆ? 25,35,000 ਦੀ ਸਾਡੇ ਨਾਲ ਠੱਗੀ ਹੋਈ ਹੈ ਜੀ। ਤੇ ਰੀਤ ਸਿੱਧੂ ਮਤਲਬ ਨਾਮ ਦੀ ਇੱਕ ਲੇਡੀਜ਼ ਹੈ ਜੀ ਤੇ ਉਹਨੇ ਮਤਲਬ ਵਰਕ ਪਰਮਿਟ ਦੇ ਨਾਮ ਤੇ ਸਾਤੋਂ 25,35,000 ਦੀ ਠੱਗੀ ਮਾਰੀ ਹੈ ਜੀ। 25,35,000 ਤੋਂ ਕਿਵੇਂ ਕਿਸ ਮੋੜ 'ਚ ਉਹਨੇ ਪੈਸੇ ਲਏ ਆ? ਕਿੰਨੇ ਨਗਦ ਲਏ ਆ, ਕਿੰਨੇ ਖਾਤੇ 'ਚ ਲਏ ਆ? ਤੇ 2,00,000 ਰੁਪਇਆ ਜੀ ਬਾਏ ਅਕਾਊਂਟ ਦਿੱਤਾ ਜੀ ਉਹਦੇ ਮਤਲਬ ਰੀਅਲ ਅਕਾਊਂਟ 'ਚ ਤੇ ਬਾਕੀ 23,00,000 ਰੁਪਇਆ 35,000 ਤੇ ਨਗਦ ਦਿੱਤਾ ਜੀ, ਕੈਸ਼ ਦਿੱਤਾ ਬਾਏ। ਤੁਹਾਡੇ ਨਾਲ ਕੋਈ ਦੇਣ ਗਿਆ ਸੀ ਪੈਸੇ? ਹਾਂਜੀ, ਉਹ ਮਤਲਬ ਸ਼ਰਮਾ ਜੀ ਨੇ ਸੁਨਾਮ ਤੋਂ ਉਹਨਾਂ ਦੀ ਗਵਾਈ ਹੇਠ ਸਾਰੀ ਪੇਮੈਂਟ ਉਹਨਾਂ ਦੀ ਗਵਾਈ ਹੇਠ ਦਿੱਤੀ। ਇੱਕ ਗੱਲ ਦੱਸੋ ਕਿ 25,00,000 ਰੁਪਏ 'ਚ ਸੌਦਾ ਹੁੰਦਾ ਵਾ ਤੇ ਤੁਹਾਡੀ ਮੀਟਿੰਗ ਜਿਹੜੀ ਆ ਪਹਿਲੇ ਫੇਸ ਕਿਹੜੀ ਕੰਪਨੀ ਦੇ ਵਿੱਚ ਆਣ ਕੇ ਤੁਸੀਂ ਮਿਲਦੇ ਹੋ? ਨਾਮ ਕੀ ਸੀ ਕੰਪਨੀ ਦਾ? ਨੈਣਾ ਸਪੋਰਟ ਸੀਗਾ ਜੀ ਤੇ ਇੱਕ ਫੇਸ ਦਫ਼ਤਰ ਬਣਾਇਆ ਹੋਇਆ ਜੀ, 602 ਨੰਬਰ ਫਲੈਟ ਆ ਉਹਦੇ ਗਰਾਊਂਡ ਫਲੋਰ ਤੇ ਦਫ਼ਤਰ ਸੀਗਾ, ਉੱਥੇ ਅਸੀਂ ਕੋਈ ਵੀ ਗੱਲਬਾਤ ਕਰਦੇ ਤਾਂ ਉੱਥੇ ਆ ਕੇ ਕਰਦੇ ਸੀ। ਹੁਣ ਉਹ ਦਫ਼ਤਰ ਦੇ ਵਿੱਚ ਹੈਗੀ ਆ ਤੇ ਹੁਣ ਉਹ ਦਫ਼ਤਰ ਜੀ ਬੰਦ ਕਰਤਾ ਜੀ। ਹੁਣੇ ਹੁਣੇ ਸਾਨੂੰ ਇੱਕ ਜਾਣਕਾਰੀ ਮਿਲੀ ਹੈ ਤੇ ਵੀ ਉਸੇ 602 ਫਲੈਟ ਦੇ ਵਿੱਚ ਪਹਿਲਾਂ ਤਾਂ ਮਤਲਬ ਦਫ਼ਤਰ ਗਰਾਊਂਡ ਫਲੋਰ ਤੇ ਬਣਾਇਆ ਹੋਇਆ ਸੀਗਾ ਤੇ ਹੁਣ ਸਾਨੂੰ ਇਹ ਜਾਣਕਾਰੀ ਆਈ ਹੈ ਵੀ ਉਹ ਥਰਡ ਫਲੋਰ ਤੇ ਰਹਿ ਰਹੀ ਹੈ ਜੀ, ਆਪ ਰੈਂਟ ਤੇ ਉੱਥੇ। ਤੇ ਹੁਣ ਅਸੀਂ ਮਤਲਬ ਦੇਖ ਕੇ ਵੀ ਆਏ ਹਾਂ, ਗੱਡੀਆਂ ਵੀ ਉਹਦੀ ਇੱਕ ਗੱਡੀ ਵੀ ਉੱਥੇ ਖੜੀ ਹੈ ਜੀ। ਸ਼ੋਰੂਮ ਆ ਕਿ ਜਾਂ ਕੋਠੀ ਹੈ ਘਰ ਦੇ ਵਿੱਚ? ਹਾਂਜੀ ਮਤਲਬ ਸ਼ੋਰ ਹੈ ਜੀ, ਉਹ ਥਰਡ ਮਤਲਬ ਥਰਡ ਉੱਥੇ ਰਹਿੰਦੇ। ਸ਼ੋਰੂਮ ਮਤਲਬ ਜਿਵੇਂ ਆਹ ਬਿਲਡਿੰਗ ਆ? ਨਹੀਂ ਨਹੀਂ ਜੀ, ਫਲੈਟ ਟਾਈਪ ਕੋਠੀ ਹੈ ਜੀ। ਕੋਠੀ ਦੇ ਵਿੱਚ ਹੀ ਧੰਦਾ ਚਲਾਇਆ? ਹਾਂ, ਉਹਦੇ ਵਿੱਚ ਨੀਚੇ ਮਤਲਬ ਗਰਾਊਂਡ ਫਲੋਰ ਤੇ ਉਹਨੇ ਦਫ਼ਤਰ ਬਣਾਇਆ ਹੋਇਆ ਸੀਗਾ ਤੇ ਵਿੱਚ ਦੀ ਉਹਨੇ ਦਫ਼ਤਰ ਬੰਦ ਕਰਤਾ ਤੇ ਹੁਣ ਸਾਨੂੰ ਜਾਣਕਾਰੀ ਮਿਲੀ ਆ ਵੀ ਉੱਥੇ ਥਰਡ ਫਲੋਰ ਤੇ ਉਸੇ ਕੋਠੀ 'ਚ ਰਿਹਾਇਸ਼ੀ ਤੌਰ ਤੇ ਰਹਿੰਦੇ ਆ। ਤੇ ਉਹਦੇ ਨਾਲ ਕੋਈ ਹੋਰ ਸਾਥੀ ਵੀ ਸ਼ਾਮਿਲ ਸੀਗਾ ਕਿ ਇਕੱਲੀ ਰੀਤ ਸਿੱਧੂ ਆ ਜੋ ਵੀ ਤੁਸੀਂ ਨਾਮ ਦੱਸ ਰਹੇ ਹੋ? ਹਾਂਜੀ, ਜਦੋਂ ਮਤਲਬ ਜੀ ਅਸੀਂ ਪਹਿਲਾਂ ਕਈ ਵਾਰੀ ਇਹਦੇ ਕੋਲ ਆਉਂਦੇ ਸੀਗੇ ਉਦੋਂ ਇਹਦੇ ਕੋਲ ਇੱਕ ਲੇਡੀਜ਼ ਹੋਰ ਮਤਲਬ ਲੜਕੀ ਇਹਨੇ ਰੱਖੀ ਹੋਈ ਸੀ ਕੰਮ ਵਾਸਤੇ ਜੇ ਹਾਂ ਨਹੀਂ ਕੋਈ ਵੀ ਮਤਲਬ ਕੋਈ ਕੰਪਿਊਟਰ ਦਾ ਕੰਮ ਹੁੰਦਾ ਸੀ ਕੋਈ ਵੀ ਉਹ ਕਰਦੀ ਸੀ, ਉਹਦਾ ਨਾਮ ਮੈਨੂੰ ਪਤਾ ਨਹੀਂ ਹੈ ਜੀ। ਕਿਹੜੀ ਜਥੇਬੰਦੀ ਤੁਹਾਡੇ ਨਾਲ ਆਈ ਹੈ ਚੱਲ ਕੇ? ਅਸੀਂ ਨੇ ਜੀ ਉਸ ਤੋਂ ਬਾਅਦ ਜਦੋਂ ਸਾਡੀ ਕੋਈ ਸੁਣਵਾਈ ਨਾ ਹੋਈ ਜਦੋਂ ਸਾਨੂੰ ਬਿਲਕੁਲ ਹੀ ਉਹ ਜਵਾਬ ਦੇਗੀ ਤੇ ਅਸੀਂ ਫਿਰ ਜਥੇਬੰਦੀ ਉਗਰਾਹਾਂ ਨੂੰ ਅਸੀਂ ਮਤਲਬ ਇਹ ਕੇਸ ਦਿੱਤਾ ਜੀ ਤੇ ਹੁਣ ਉਗਰਾਹਾਂ ਜਥੇਬੰਦੀ ਦਾ ਇਹ ਧਰਨਾ ਲੱਗਿਆ ਹੋਇਆ ਜੀ ਇੱਥੇ ਉਗਰਾਹਾਂ ਦਾ ਤੇ ਜੇ ਹੁਣ ਸਾਡੀ ਕੋਈ ਵੀ ਨਾ ਕੋਈ ਹੱਲ ਬਣਿਆ ਜੀ ਅਸੀਂ ਧਰਨਾ ਇਹੀ ਜਾਰੀ ਰੱਖਾਂਗੇ ਤੇ ਅੱਜ ਨਾਲੋਂ ਕੱਲ ਨੂੰ ਹੋਰ ਵੀ ਇਕੱਠ ਹੋਰ ਵੀ ਜ਼ਿਆਦਾ ਇਕੱਠ ਹੋਊਗਾ ਜੀ ਇੱਥੇ। ਇਹ ਨੋਟ ਕਰ ਲਵੇ ਬਾਰ ਬਾਰ ਪ੍ਰਸ਼ਾਸਨ ਦੋ ਦਿਨ ਧਰਨਾ ਲਾਇਨ ਹੋ ਗਿਆ, ਇਹ ਕੋਠੀ ਉਹਨਾਂ ਦੀ ਆ ਸਿੱਧੂ ਲਿਖਿਆ ਆਇਆ ਵਾ 861 862 3B2 ਕੀ ਕੋਠੀ ਉਹਨਾਂ ਦੀ ਕਿਸੇ ਦੀ ਇੱਕ ਜਾਂ ਉਹਨਾਂ ਦੇ ਰਿਸ਼ਤੇਦਾਰ ਦੀ ਆ? ਹੁਣ ਤਾਂ ਜੀ ਇਹ ਸੁਣਿਆ ਵੀ ਇਹ ਕੋਠੀ ਇਹਦੇ ਕੋਲੇ ਰੈਂਟ ਤੇ ਆ ਜੀ, ਮੈਂ ਨਹੀਂ ਪਤਾ ਜੀ ਕੋਈ ਰਿਸ਼ਤੇਦਾਰ ਦੀ ਕੋਠੀ ਹੈ ਜਾਂ ਕਿਸੇ ਦੇ ਨਿੱਜੀ ਹੋਰ। ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੁਹਾਡੇ ਕੋਲ ਆਇਆ? ਤੇ ਪੁਲਿਸ ਪ੍ਰਸ਼ਾਸਨ ਦਾ ਆਇਆ ਸੀਗਾ ਪਰ ਉਹਨਾਂ ਨੇ ਕੋਈ ਸਾਡਾ ਕੋਈ ਸਾਥ ਨਹੀਂ ਦਿੱਤਾ ਜੀ, ਠੀਕ ਨਹੀਂ ਕੋਈ ਗੱਲਬਾਤ ਕੋਈ ਉਹ ਨਹੀਂ ਕਰਿਆ। ਅਸੀਂ ਉਹਨਾਂ ਨੂੰ ਆਖਿਆ ਵੀ 25,35,000 ਰੁਪਇਆ ਮਤਲਬ ਅਸੀਂ ਇਹਨੂੰ ਦਿੱਤਾ ਹੋਇਆ, ਉਹ ਕਹਿੰਦੇ ਜੀ ਰਿਪੋਰਟ ਕਰਾ ਦਿਉ ਐਂ ਕਰਾ ਦਿਉ, ਕੋਈ ਗੱਲ ਜੀ ਬਣੀ ਨਹੀਂ ਹੈਗੀ ਜੀ, ਫਿਰ ਚਲੇ ਗਏ ਸੀਗੇ ਜੀ। ਹੁਣ ਤੁਹਾਡੀ ਮੰਗ ਕੀ ਹੈਗੀ ਆ ਤੁਸੀਂ? ਸਾਡੀ ਤਾਂ ਇਹ ਮੰਗ ਆ ਜੀ, ਸਾਨੂੰ ਮੇਰੀ ਸਾਰੀ ਪੇਮੈਂਟ ਵਿਦ ਇੰਟਰਸਟ
ਤੇ ਜਿੰਨਾ ਸਾਡਾ ਇੱਥੇ ਖਰਚਾ ਹੋ ਰਿਹਾ ਸਾਰਾ ਪੇਮੈਂਟ ਮੇਰੀ ਦਵਾਈ ਜਾਵੇਗੀ। ਅੱਛਾ ਇੱਕ ਚੀਜ਼ ਆ ਵੀ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈਗਾ ਹਾਂਜੀ ਤੇ ਤੁਸੀਂ ਵੀ ਪੜ੍ਹੇ ਲਿਖੇ ਹੋ ਹਾਂਜੀ ਹਾਂਜੀ ਤੁਸੀਂ ਵੀ ਇਹ ਜਿਹੜੇ ਪੈਸੇ ਆ ਕਿੱਥੋਂ ਮੈਨੇਜ ਕਰਕੇ ਦਿੱਤੇ ਸੀ ਕੋਈ ਗਿਰਵੀ ਚੱਕੇ ਸੀ ਜ਼ਮੀਨ ਬਹਿ ਕੀਤੀ ਸੀਗੀ ਰਿਸ਼ਤੇਦਾਰਾਂ ਕੋਲ ਫੜੇ ਸੀ ਕੋਈ ਕਰਜ਼ਾ ਲਿਆ ਸੀਗਾ ਕਿ ਜਾਂ ਕੀ ਘਰ ਵੇਚਿਆ ਕੋਈ ਦੱਸੋ। ਮੈਂ ਜੀ ਆਪਣੀ ਜ਼ਮੀਨ ਵੇਚ ਕੇ ਠੀਕ ਨਹੀਂ 2 ਕਿੱਲੇ ਜ਼ਮੀਨ ਵੇਚੀ ਸੀ 2 ਕਿੱਲੇ ਜ਼ਮੀਨ ਵੇਚ ਕੇ ਮੈਂ ਸਾਰੀ ਪੇਮੈਂਟ ਇਹਨੂੰ ਦਿੱਤੀ ਹੈ ਜੀ। ਜੇ ਉਰੇ ਰੁਜ਼ਗਾਰ ਨਹੀਂ ਹੈਗਾ ਤਾਂ ਇਸ ਕਰਕੇ ਬਾਹਰ ਜਾਂਦੇ ਸੀਗੇ ਬਾਹਰ ਜਾਣ 'ਤੇ ਸਾਡੇ ਨਾਲ ਠੱਗੀ ਵਿੱਚ। ਕਿੰਨੇ ਪੜ੍ਹੇ ਲਿਖੇ ਹੋ ਤੁਸੀਂ? ਮੈਂ ਬੀਕੌਮ ਪ੍ਰੋਫੈਸ਼ਨਲ ਹਾਂ ਜੀ। ਬੀਕੌਮ? ਹਾਂਜੀ। ਤੂੰ ਦੇਖੋ ਵੀ ਬੀਕੌਮ ਪ੍ਰੋਫੈਸ਼ਨਲ ਨੌਜਵਾਨਾਂ ਔਰ ਕਿਤੇ ਨਾ ਕਿਤੇ ਸਜਬਾਗ ਜਿਹੜੇ ਆ ਜਨਤਾ ਵੱਲੋਂ ਦਿਖਾਏ ਜਾਂਦੇ ਨੇ ਔਰ ਪਹਿਲੀ ਵਾਰ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਕਿਸਾਨ ਜਥੇਬੰਦੀ ਵੱਲੋਂ ਇੱਥੇ ਧਰਨਾ ਲਗਾਇਆ ਗਿਆ। ਧਰਨੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਨੌਜਵਾਨ ਦੇ ਨਾਲ ਜਿਹੜੇ ਸਾਥੀ ਆ ਤੇ ਦੇਖੋ ਇੱਥੇ ਪ੍ਰੋਪਰ ਧਰਨਾ ਲਗਾਇਆ ਹੋਇਆ ਵਾ। ਮਾਵਾਂ ਵੀ ਆਈਆਂ ਹੋਈਆਂ ਨੇ, ਭੈਣਾਂ ਵੀ ਆਈਆਂ ਹੋਈਆਂ ਨੇ, ਬਾਬੇ ਵੀ ਆਏ ਹੋਏ ਨੇ, ਕੁੱਲ ਮਿਲਾ ਕੇ ਇੱਕੋ ਸੰਦੇਸ਼ ਆ ਵੀ 2 ਦਿਨ ਹੋ ਗਏ ਆ ਬੈਠਿਆਂ ਨੂੰ ਔਰ ਲਗਾਤਾਰ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਉਹ ਇਸੇ ਤਰੀਕੇ ਨਾਲ ਲੜੀਵਾਰ ਇੱਥੇ ਪ੍ਰਦਰਸ਼ਨ ਕਰਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਰੀਤ ਸਿੱਧੂ ਨਾਮ ਦੀ ਇੱਕ ਮਹਿਲਾ ਵਾ ਨੈਨਾ ਐਕਸਪੋਰਟ ਦੇ ਨਾਮ ਤੋਂ ਬਿਜ਼ਨਸ ਚਲਾਉਂਦੀ ਸੀ ਜਿਸ ਨੇ ਸਾਰਾ ਹੀ ਇਹਨਾਂ ਨਾਲ ਠੱਗੀ ਦਾ ਜਿਹੜਾ ਇਹ ਟੰਗੋਸ ਆ ਉਹ ਰਚਿਆ ਵਾ। ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਅਗਰ ਠੱਗੀਆਂ ਜੈਂਟ ਮਾਰਦੇ ਰਹੇ ਤਾਂ ਪੰਜਾਬ ਦੇ ਵਿੱਚੋਂ ਯੂਨੀਅਨ ਆਣ ਕੇ ਕਿਸਾਨ ਯੂਨੀਅਨ ਇੱਦਾਂ ਹੀ ਜਿਹੜੇ ਆਪਣਾ ਕੰਪਨੀਆਂ ਵਾ ਉਹਨਾਂ ਦੇ ਅੱਗੇ ਧਰਨਾ ਪ੍ਰਦਰਸ਼ ਕਰਨਗੇ। ਜਿਹੜੇ ਏਜੰਟ ਹੁੰਦੇ ਨੇ ਉਸ ਜਵਾਬ ਦਿਖਾ ਕੇ ਜਾਂ ਪੁਲਿਸ ਨਾਲ ਮਿਲ ਕੇ ਇੱਥੋਂ ਦੀ ਭੱਜ ਜਾਂਦੇ ਨੇ ਪਰ ਅੱਜ ਪਹਿਲੀ ਵਾਰ ਮੋਹਾਲੀ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਵਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਆ ਕੇ ਏਜੰਟ ਦੇ ਘਰ ਦੇ ਅੱਗੇ ਪੱਕਾ ਧਰਨਾ ਲਗਾ ਦਿੱਤਾ ਵਾ। ਜਾਣਦੇ ਆ ਉਹਨਾਂ ਦੇ ਆਗੂ ਨਾਲ ਵੀ ਕੀ ਸਟ੍ਰੈਟਜੀ ਲੈ ਕੇ ਆਏ ਸਨ ਔਰ ਕੀ ਮੰਗ ਹੈਗੀ ਆ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਜ਼ਿਲ੍ਹਾ ਸੰਗਰੂਰ, ਬਲਾਕ ਭੰਨੀਗੜ੍ਹ। ਅਤੇ ਕਿਉਂ ਆਏ ਹੋ ਤੁਸੀਂ ਸਰ? ਵੀ ਕੌਣ ਸੀ ਨੌਜਵਾਨ ਔਰ ਕਿੰਨੇ ਦੀ ਠੱਗੀ ਹੋਈ ਆ ਔਰ ਕੀ ਮੰਗ ਹੈ? ਇਹ ਨੌਜਵਾਨ ਮੋਣਕ ਬਲਾਕ ਦਾ ਹੈ, ਘੰਬੂਰ ਘਾਟ ਪਿੰਡ ਦਾ, ਜਿਹਨੇ 25,35,000 ਰੁਪਈਆ ਇਸ ਮੈਡਮ ਨੂੰ ਦਿੱਤਾ। ਜਿਹੜੀ ਇਹ ਹੜੱਪ ਕਰ ਗਈ, ਜਿਹੜੀ ਇਹ ਧਮਕੀਆਂ ਮਾਰਦੀ ਰਹੀ ਹੈ, ਉਹ ਬਹੁਤ ਚਿਰ ਫਿਰਦੇ ਰਹੇ। ਉਦੋਂ ਬਾਅਦ ਇਹ ਗੱਲ ਜਥੇਬੰਦੀ ਨੇ ਵਿਚਾਰ ਕੇ, ਜਥੇਬੰਦੀ ਵੱਲੋਂ ਅਸੀਂ ਆਏ, ਕੱਲ੍ਹ ਵੀ ਜਾਣੀ ਕਿ ਧਮਕੀਆਂ ਮਾਰ ਕੇ ਗਈ ਹੈ, ਪਰ ਅੱਜ ਅਸੀਂ ਵੱਡੇ ਪੱਧਰ 'ਤੇ ਉਰੇ ਐਲਾਨ ਕੀਤਾ। ਪ੍ਰਸ਼ਾਸਨ ਦੀਆਂ ਨਾਸਾਂ ਥੱਲੇ, ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ, ਇੱਥੇ ਦੇ ਲੀਡਰਾਂ ਦੀ ਮਿਲੀ ਭੁਗਤ ਨਾਲ ਇਹ ਵੱਡੇ ਕੇਂਦਰ ਨੇ ਜਿਹੜੇ ਮੋਹਾਲੀ ਚੱਲ ਰਹੇ ਆ, ਇਹਦੇ ਵਰਕਲਾਪ ਅਸੀਂ 30 ਤਰੀਕ ਦਾ ਐਲਾਨ ਕੀਤਾ। 30 ਤਰੀਕ ਨੂੰ ਵੱਡੀ ਗਿਣਤੀ ਲੈ ਕੇ ਆਵਾਂਗੇ, ਇੱਥੇ ਦੇ ਪ੍ਰਸ਼ਾਸਨ ਨੂੰ ਦੱਸਾਂਗੇ, ਜਿਹਨੇ ਆ ਕੇ ਇੱਥੇ ਬਾਤ ਨਹੀਂ ਪੁੱਛੀ ਵੀ ਤੁਸੀਂ ਕਿਵੇਂ ਬੈਠੇ ਹੋ, ਕਾਹਤੋਂ ਬੈਠੇ ਹੋ, ਕੀ ਕਰਦੀ ਹੈ ਮੈਡਮ, ਕੌਣ ਹੈ ਮੈਡਮ। ਇਹਨਾਂ ਦਾ ਵੱਡਾ ਡਰੱਗ ਨਾਲ ਸੰਬੰਧ ਹੈ, ਇਹਨਾਂ ਦੀਆਂ ਤਾਰਾਂ ਜਿਹੜੀਆਂ ਸੁਖਬੀਰ ਬਾਦਲ ਤੱਕ ਜੁੜੀਆਂ ਹੋਈਆਂ, ਤਾਂ ਕਰਕੇ ਵੱਡੀਆਂ ਠੱਗੀਆਂ ਮਾਰਦੀਆਂ। ਉਹਨਾਂ ਨੂੰ ਦੱਸ ਕੇ ਜਾਵਾਂਗੇ ਆਉਣ ਵਾਲੇ ਸਮੇਂ 'ਚ, ਆਉਣ ਵਾਲੀ 30 ਤਰੀਕ ਨੂੰ। ਪਹਿਲਾਂ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਵਾਂ, ਤੁਸੀਂ ਜਿਵੇਂ ਸਪੀਚ ਵਿੱਚ ਬੋਲੇ ਸੀਗੇ ਵੀ ਜਿਹੜੀ ਮੈਡਮ ਆ ਜਿਹ 'ਚ ਦੋਸ਼ ਲੱਗ ਰਹੇ ਨੇ, ਕਿ ਉਹਨਾਂ ਦੇ ਜਿਹੜੇ ਪਤੀ ਆ ਉਹ ਵੀ ਕਿਸੇ ਮਾਮਲੇ 'ਚ ਇਨਵੋਲਵ ਆ, ਤੁਸੀਂ ਦੋਸ਼ ਲਾਏ? ਉਹ ਪੁਲਿਸ ਵਿੱਚ ਸੀਗੇ, ਉਹ ਭੋਲੇ ਨਾਲ ਸੰਬੰਧਿਤ ਡਰੱਗ ਦੇ ਕੇਸ 'ਚ ਭਗੌੜੇ, ਇਸ ਕਰਕੇ ਇਹਨਾਂ ਦੀਆਂ ਤਾਰਾਂ ਜਿਹੜੀਆਂ ਮਜੀਠੀਏ ਪਰਿਵਾਰ ਤੱਕ, ਬਾਦਲ ਪਰਿਵਾਰ ਤੱਕ ਜੁੜੀਆਂ ਹੋਈਆਂ, ਤਾਂ ਹੀ ਐਡੀਆਂ ਠੱਗੀਆਂ ਮਾਰ ਕੇ ਇਹਨਾਂ ਨੇ ਪੈਸੇ ਹੜੱਪ ਕਰਕੇ 50-50 ਲੱਖ ਦੀਆਂ ਕਾਰਾਂ 'ਚ ਇਹੋ ਜਿਹੇ ਵਧੀਆ ਸ਼ਹਿਰ 'ਚ ਰਹਿਣਾ ਪਸੰਦ ਕਰਦੇ ਆ, ਐਵੇਂ ਨਹੀਂ ਰਹਿੰਦੇ ਹੈਗੇ। ਲੀਡਰਾਂ ਦੀ ਸਰਪ੍ਰਸਤੀ ਥੱਲੇ, ਪ੍ਰਸ਼ਾਸਨ ਦੀ ਸਰਪ੍ਰਸਤੀ ਥੱਲੇ, ਉਹਨਾਂ ਦੀ ਮਿਲੀ ਭੁਗਤ ਨਾਲ ਇਹ ਚੀਰ ਕੇ ਵੰਡ ਕੇ ਖਾਂਦੇ ਨੇ ਮਾਸ ਜਿਹੜਾ ਲੋਕਾਂ ਦਾ ਝੂੰਡਦੇ ਨੇ। ਇਸ ਕਰਕੇ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਆ ਬਹੁਤ ਆ। ਪਿੱਛੇ ਤੁਸੀਂ ਦੇਖੋ ਵੱਡੇ ਪੱਧਰ 'ਤੇ ਇਹਨਾਂ ਦੇ ਪੀੜਤ ਨੌਜਵਾਨ ਆ, ਜਿਹੜੇ ਨੌਜਵਾਨ ਬੱਚੀਆਂ ਜਿਹੜੀਆਂ ਉਹ ਖੜੀਆਂ ਨੇ ਇੱਥੇ। 10 ਕੇਸ ਹੈਗੇ ਸਾਡੇ ਕੋਲ ਵੱਖ ਵੱਖ ਮਤਲਬ ਏਜੰਟਾਂ ਦੇ। ਇਸ ਕਰਕੇ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਵੱਡੇ ਪੱਧਰ 'ਤੇ ਵੱਡੀਆਂ ਵੱਡੀਆਂ ਕੋਠੀਆਂ ਲੈ ਕੇ, ਵੱਡੇ ਵੱਡੇ ਦਫ਼ਤਰ ਬਣਾ ਕੇ ਲੋਕਾਂ ਦੇ ਬੱਚਿਆਂ ਨੂੰ ਲੁੱਟਿਆ ਜਾ ਰਿਹਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਦਿੰਦੇ ਨੇ, ਬਾਹਰ ਵਗ ਜਾਂਦੇ ਸਾਡੀ ਉੱਥੇ ਵੀ ਸੁਣਵਾਈ ਨਹੀਂ, ਉੱਥੇ ਵੀ ਸਾਡੇ ਬੱਚੇ ਵੱਡੇ ਪੱਧਰ 'ਤੇ ਰੋਲ ਰਹੇ ਨੇ। ਇਸ ਕਰਕੇ ਇੱਕ ਪਾਸੇ ਖਰਾਤਾਂ ਬਣ ਰਹੇ ਹੈ ਲੀਡਰ ਬੀਆਂ 'ਚ ਫਿਰ ਕੇ ਵੀ ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਨੂੰ ਵਾਹ ਦੇਵਾਂਗੇ, ਪਰ ਇੱਥੇ ਬਾਤ ਪੁੱਛਣ ਵਾਲਾ ਕੋਈ ਨਹੀਂ। ਅੰਨੀ ਪੀਂਦੀ ਹੈ, ਕੁੱਤੇ ਚੱਟਦੇ ਨੇ। ਜਥੇ ਬੰਦ ਕਰਕੇ ਇਹ ਢਾਂਚਾ ਬੰਦ ਕਰਾਂਗੇ ਆਉਣ ਵਾਲੇ ਸਮੇਂ 'ਚ, ਲੋਕ ਇਸ ਤਰ੍ਹਾਂ ਲੁੱਟੇ ਨਾ ਜਾਣ, ਲੋਕ ਇਹਨਾਂ ਦੇ ਜੋਤੀਆਂ ਮਾਰਨ ਜਿਹੜੇ ਪਿੰਡਾਂ 'ਚ ਫਿਰਦੇ ਆ ਲੀਡਰ। ਕਿਆ ਮਤਲਬ ਅਸੀਂ ਮੰਨ ਸਕਦੇ ਹਾਂ ਵੀ ਜਿਵੇਂ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਮੋਹਾਲੀ ਦੇ ਵਿੱਚ ਜਿਹੜੇ ਠੱਗ ਏਜੰਟ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਇੱਦਾਂ ਇਨਸਾਫ਼ ਦਿਵਾਉਣ ਵਾਸਤੇ ਨੌਜਵਾਨਾਂ ਨੂੰ ਪੱਕੇ ਧਰਨੇ ਲਾਏ ਜਾਂਦੇ ਰਹਿਣਗੇ? ਲੋਕਾਂ ਨੂੰ ਜਾਗਣਾ ਚਾਹੀਦਾ,
इन्हां दे दफ्तरां अगे नहीं इन्हां दे घरां दे मूहरे भी परिवार लैके बैठना चाहीदा ते जिहड़े लीडर फिरदे आ पिंडां च उन्हां नूं सवाल करने चाहीदे ते प्रशासन नूं इह गल वड्डे पद्धर ते उभार के पुछणी चाहीदी है। हुण अगला ऐलान तुसीं की करके जा रहे हो? 30 तरीक नूं वड्डा इकट्ठ लैके आवांगे, सारी मोहाली नूं दसांगे भी इत्थे दा प्रशासन इत्थे दे लीडर किवें लोकां नूं लुट के जिहड़े ड्रग च फसे हुए लोक ने उह दुबारे फिर किहड़े तरीके नाल लोकां नूं लुट रहे ने, उहनां दीआं आह कोठियां ने वड्डियां 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 करोड़ करोड़ रुपये दीआं कोले कारां कित्थों आ गईआं, इस करके वड्डे पद्धर ते गल नूं वाह। जदों आपां सुणिआ कि जिन्हां दे दोष लगे ने उह वी कोई बहाना मार के तुहाडे कोल प्रोटेस्ट नूं टप के चले गई, इदां दी वी कोई गल हुई आ? बहाना मार के नहीं, दबके मार के गई है। अच्छा, हाँ भी मैं SSP नूं फोन करदी आं, हुणे मैं बुलाउनी आ, थोड़े ते परचा कराऊंगी, क्यों उहनूं पता नहीं थी वी भारतीय किसान यूनियन एकता ग्रां जाबते वाले लोक ने, इन्हां ने वड्डियां वड्डियां चीकां कढवाईआं ने, तूं कदी बचारी आ। कोई SDM वगैरह कोई नहीं आया तुहाडा मंग पत्र जां कोई जानण? कल DSP आया थी, SHO आया थी, ਉਹ ਗੱਲਾਂ ਬਾਤਾਂ ਮਾਰ ਕੇ ਮੁੜ ਗਿਆ ਸੀ, ਪਰਚਾ ਦੇ ਦੇਣਾ, ਪਰਚਾ ਦੇਣ ਨੂੰ ਤਾਬਲੇ ਨੇ, ਕਿਉਂ ਪਰਚੇ ਇਹਨਾਂ ਦੇ ਪਹਿਲੇ ਹੀ ਨੇ, ਕ੍ਰਿਮੀਨਲ ਪਰਿਵਾਰ ਹੈ ਇਹ ਬਹੁਤ ਵੱਡੇ ਪੱਧਰ 'ਤੇ, ਉਹ ਚਾਹੁੰਦੇ ਨੇ ਹੀ ਪਰਚਾ ਦੇਣ, ਅਸੀਂ ਚਾਹੁੰਦੇ ਹਾਂ ਵੀ ਅਸੀਂ ਪੈਸੇ ਕਢਾਉਣੇ ਨੇ, ਪਰਚਾ ਨਹੀਂ ਦਵਾਉਣਾ, ਪਰਚਿਆਂ ਨਾਲ ਇੱਥੇ ਲਟੇਰਿਆਂ ਨੂੰ ਕੱਖ ਨਹੀਂ ਹੁੰਦਾ, ਇਹਨਾਂ ਦੀ ਪਹੁੰਚ ਲੀਡਰਾਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਕੋਰਟ ਤੱਕ ਇਹਨਾਂ ਦੀ ਪਹੁੰਚ ਹੈ, ਇਹ ਲੋਕਾਂ ਦਾ ਕੱਖ ਨਹੀਂ ਵਿਗਾੜ ਸਕਦੇ, ਵੱਡੀਆਂ ਮੱਛੀਆਂ ਨੇ, ਇਹਨਾਂ ਨੂੰ ਫੜਨ ਵਾਸਤੇ ਵੱਡੇ ਜਾਲ ਨੇ ਜਿਹੜੇ ਉਹ ਜਥੇਬੰਦੀਆਂ ਦੇ ਬੁਣਨੇ ਪੈਣਗੇ, ਤਾਂ ਇਹ ਮੱਛੀਆਂ ਫੜੀ ਜਾਣਗੀਆਂ ਨੇ, ਲੋਕਾਂ ਦਾ ਖੂਨ ਪੀ ਜਾਣਗੀਆਂ ਅਤੇ ਪੀ ਰਹੀਆਂ ਨੇ, ਵੱਡੇ ਪੱਧਰ 'ਤੇ ਲੋਕਾਂ ਨੂੰ ਡਰੱਗ ਨਾਲ ਮਾਰਿਆ ਅਤੇ ਹੁਣ 25-25 ਲੱਖ ਨਗਦ ਲੈ ਕੇ ਲੋਕਾਂ ਨੂੰ ਮਾਰ ਰਹੇ ਨੇ। ਥੈਂਕ ਯੂ। ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤਸਵੀਰਾਂ ਦਿਖਾ ਦਿਓ ਵੀ ਇਹ ਕਿਸਾਨ ਯੂਨੀਅਨ ਦੇ ਆਗੂ ਆ ਜਿਹੜੇ ਕਿ ਸੰਗਰੂਰ ਤੋਂ ਆਏ ਆ, ਦੂਰੋਂ ਦੂਰੋਂ ਆਏ ਆ, ਦੂਜੇ ਜ਼ਿਲ੍ਹਿਆਂ ਤੋਂ ਵੀ ਆਣ ਕੇ ਸਾਥ ਦਿੱਤਾ, ਉਹ ਗ੍ਰਾਹਾਂ ਦੇ ਇਹ ਸਾਰੇ ਮੈਂਬਰ ਨੇ, ਕਿਸਾਨ ਨੇ, ਔਰ ਜਿਹੜੇ ਨੌਜਵਾਨ ਨੇ ਪੈਸੇ ਦਿੱਤੇ ਆ, ਉਸਦਾ ਕਹਿਣਾ ਕਿ ਉਸਨੇ ਵੀ 2 ਕਿੱਲੇ ਜ਼ਮੀਨ ਜਿਹੜੀ ਆ ਉਹ ਆਪਣੀ ਵੇਚ ਕੇ ਇਹਨਾਂ ਨੂੰ ਮਤਲਬ ਪੇਮੈਂਟ ਦਿੱਤੀ ਸੀ, ਜਿਹਦੇ 'ਚੋਂ 2 ਲੱਖ ਰੁਪਈਆ ਜਿਹੜਾ ਉਹ ਅਕਾਊਂਟ 'ਚ ਪਾਇਆ ਸੀਗਾ, ਔਰ ਜਿਹੜੀ ਬਾਕੀ ਰਕਮ ਆ ਉਹ ਆਪਣੇ ਕਿਸੇ ਜਾਣਕਾਰ ਦੀ ਹਾਜ਼ਰੀ ਦੇ ਵਿੱਚ ਜਿਹੜੀ ਰੀਤ ਸ਼ਰਮਾ ਵਾ ਉਸ ਨੂੰ ਦਿੱਤੇ ਸਨ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਐਡਾ ਵੱਡਾ ਪ੍ਰਦਰਸ਼ਨ ਹੋ ਗਿਆ ਵਾ, ਔਰ 30 ਤਰੀਕ ਦੀ ਦੁਬਾਰਾ ਕਾਲ ਦਿੱਤੀ ਗਈ ਆ, ਅਗਰ ਇਹ 30 ਤਰੀਕ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਪੱਕਾ ਧਰਨਾ ਮਾਰ ਕੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੋਹਾਲੀ ਤੋਂ ਦਾ ਫੈਕਟ ਨਿਊਜ਼ ਲਈ ਸਤਿੰਦਰ ਸੱਤੀ ਦੇ ਨਾਲ ਮੈਂ ਜਤਿੰਦਰ ਸਭਰਵਾਲ ਮੋਹਾਲੀ। ਕਿੰਨੇ ਪੈਸੇ ਠੱਗ ਲਏ ਤੁਹਾਡੇ ਕੋਲ ਔਰ ਕਿੰਨੇ ਠੱਗੇ ਆ? 25,35,000 ਦੀ ਸਾਡੇ ਨਾਲ ਠੱਗੀ ਹੋਈ ਹੈ ਜੀ, ਅਤੇ 2 ਲੱਖ ਰੁਪਈਆ ਜੀ ਬਾਏ ਅਕਾਊਂਟ ਦਿੱਤਾ ਜੀ ਉਹਦੇ ਮਤਲਬ ਰੀਅਲ ਅਕਾਊਂਟ 'ਚ, ਅਤੇ ਬਾਕੀ 23 ਲੱਖ ਰੁਪਈਆ 35,000 'ਤੇ ਨਗਦ ਦਿੱਤਾ ਜੀ ਕੈਸ਼, ਨੈਣਾ ਸਪੋਰਟ ਸੀਗਾ ਜੀ, ਅਤੇ ਇੱਕ ਫੇਸ 'ਚ ਦਫ਼ਤਰ ਬਣਾਇਆ ਹੋਇਆ ਜੀ। ਵੱਡੇ ਪੱਧਰ 'ਤੇ ਇਹਨਾਂ ਦੇ ਪੀੜਤ ਨੌਜਵਾਨ ਹੈ, ਜਿਹੜੇ ਨੌਜਵਾਨ ਬੱਚੀਆਂ ਜਿਹੜੀਆਂ ਉਹ ਖੜੀਆਂ ਨੇ, ਤਾਂ ਵੱਡੀਆਂ ਵੱਡੀਆਂ ਕੋਠੀਆਂ ਲੈ ਕੇ ਵੱਡੇ ਵੱਡੇ ਦਫ਼ਤਰ ਬਣਾ ਕੇ ਲੋਕਾਂ ਦੇ ਬੱਚਿਆਂ ਨੂੰ ਲੁੱਟਿਆ ਜਾ ਰਿਹਾ ਹੈ। ਪੰਜਾਬ ਵਿੱਚ ਰੁਜ਼ਗਾਰ ਨਾ ਮਾਤਰ, ਕੋਈ ਨੌਕਰੀਆਂ ਨਹੀਂ ਨਿਕਲ ਰਹੀਆਂ, ਔਰ ਜਿਹੜੇ ਪੰਜਾਬ ਦੇ ਭੋਲੇ ਭਾਲੇ ਨੌਜਵਾਨ ਆ ਆਪਣੇ ਉਜਵਲ ਭਵਿੱਖ ਵਾਸਤੇ ਬਾਹਰਲੇ ਦੇਸ਼ਾਂ ਨੂੰ ਕਤਾਰ ਕਰ ਰਹੇ ਨੇ, ਮਤਲਬ ਕਿਤੇ ਨਾ ਕਿਤੇ ਜਦੋਂ ਉਹ ਕੋਸ਼ਿਸ਼ ਕਰਦੇ ਨੇ ਕੁਝ ਠੱਗ ਲੋਕ ਜਾਂ ਠੱਗ ਜਿਹੜੀ ਕੰਪਨੀਆਂ ਵਾ ਉਹ ਇਹਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਨੇ। ਇੱਦਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਵਾ, ਇੱਕ ਪੰਜਾਬ ਤੋਂ ਨੌਜਵਾਨ ਆ ਜਿਹਦੇ ਨਾਲ ਲੱਖਾਂ ਦੀ ਠੱਗੀ ਮਾਰ ਲਈ ਆ, ਕਿਉਂ ਮਾਰ ਲਈ ਆ, ਔਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਏਜੰਟ ਦੀ ਕੋਠੀ ਦੇ ਧਰਨਾ ਕਿਉਂ ਲਾਇਆ ਹੋਇਆ ਵਾ, ਉਹਨਾਂ ਦੇ ਮੂੰਹ ਸੁਣ ਲੈਂਦੇ ਆ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ। ਕਿੰਨੇ ਪੈਸੇ ਠੱਗ ਲਏ ਤੁਹਾਡੇ ਕੋਲ ਔਰ ਕਿੰਨੇ ਠੱਗੇ ਆ? 25,35,000 ਦੀ ਸਾਡੇ ਨਾਲ ਠੱਗੀ ਹੋਈ ਹੈ ਜੀ, ਤੇ ਰੀਤ ਸਿੱਧੂ ਮਤਲਬ ਨਾਮ ਦੀ ਇੱਕ ਲੇਡੀਜ਼ ਹੈ ਜੀ, ਤੇ ਉਹਨੇ ਮਤਲਬ ਵਰਕ ਪਰਮਿਟ ਦੇ ਨਾਮ ਤੇ ਸਾਥੋਂ 25,35,000 ਦੀ ਠੱਗੀ ਮਾਰੀ ਹੈ ਜੀ। 25,35,000 ਚੋਂ ਕਿਵੇਂ, ਕਿਸ ਮੋੜ 'ਚ ਉਹਨੇ ਪੈਸੇ ਲਏ ਆ, ਕਿੰਨੇ ਨਗਦ ਲਏ ਆ, ਕਿੰਨੇ ਖਾਤੇ 'ਚ ਲਏ ਆ? ਅਤੇ 2 ਲੱਖ ਰੁਪਈਆ ਜੀ ਬਾਏ ਅਕਾਊਂਟ ਦਿੱਤਾ ਜੀ ਉਹਦੇ ਮਤਲਬ ਰੀਅਲ ਅਕਾਊਂਟ 'ਚ, ਅਤੇ ਬਾਕੀ 23 ਲੱਖ ਰੁਪਈਆ 35,000 'ਤੇ ਨਗਦ ਦਿੱਤਾ ਜੀ ਕੈਸ਼ ਦਿੱਤਾ ਬਾਏ। ਤੁਹਾਡੇ ਨਾਲ ਵੀ ਦੇਣ ਗਿਆ ਸੀ ਪੈਸੇ? ਹਾਂਜੀ, ਉਹ ਮਤਲਬ ਸ਼ਰਮਾ ਜੀ ਨੇ ਸੁਨਾਮ ਤੋਂ ਉਹਨਾਂ ਦੀ ਗਵਾਈ ਹੇਠ ਸਾਰੀ ਪੇਮੈਂਟ ਉਹਨਾਂ ਦੀ ਗਵਾਈ ਹੇਠ। ਇੱਕ ਗੱਲ ਦੱਸੋ ਕਿ 25 ਲੱਖ ਰੁਪਏ 'ਚ ਸੌਦਾ ਹੁੰਦਾ ਵਾ ਅਤੇ ਤੁਹਾਡੀ ਮੀਟਿੰਗ ਜਿਹੜੀ ਆ ਪਹਿਲੇ ਫੇਸ ਕਿਹੜੀ ਕੰਪਨੀ ਦੇ ਵਿੱਚ ਆਣ ਕੇ ਤੁਸੀਂ ਮਿਲਦੇ ਹੋ? ਨਾਮ ਕੀ ਸੀ ਕੰਪਨੀ ਦਾ? ਨੈਣਾ ਸਪੋਰਟ ਸੀਗਾ ਜੀ, ਅਤੇ ਇੱਕ ਫੇਸ 'ਚ ਦਫ਼ਤਰ ਬਣਾਇਆ ਹੋਇਆ ਜੀ, 602 ਨੰਬਰ ਫਲੈਟ ਆ, ਉਹਦੇ ਗਰਾਊਂਡ ਫਲੋਰ 'ਤੇ ਦਫ਼ਤਰ ਸੀਗਾ, ਉੱਥੇ ਅਸੀਂ ਕੋਈ ਵੀ ਗੱਲਬਾਤ ਕਰਦੇ ਤਾਂ ਉੱਥੇ ਆ ਕੇ ਕਰਦੇ ਸੀ। ਹੁਣ ਉਹ ਦਫ਼ਤਰ ਦੇ ਵਿੱਚ ਹੈਗੀ ਆ?
हूँ वो दफ्तर जी बंद करता जी। हुणे हुणे सानू एक जानकारी मिली है ते भी उसे 602 फ्लैट के पहला तो मतलब दफ्तर ग्राउंड फ्लोर से बनाया हुआ सीगा ते हुण सानू ये जानकारी आई है भी वह थर्ड फ्लोर से रह रही है जी आप रेंट ते उत्थे ते हुण असीं मतलब देख के भी आए हैं गड्डियां भी उहदी एक गड्डी भी उत्थे खड़ी है जी। शोरूम आ कि जां कोठी है घर दे विच? हाँ जी मतलब शोर है जी थर्ड मतलब थर्ड उत्थे शोरूम मतलब जिवें आ बिल्डिंग आ? नहीं नहीं जी फ्लैट टाइप कोठी है जी। ਕੋਠੀ ਦੇ ਵਿੱਚ ਹੀ ਧੰਦਾ ਚਲਾਇਆ ਹੈ? ਹਾਂ ਉਹਦੇ ਵਿੱਚ ਨੀਚੇ ਮਤਲਬ ਮਤਲਬ ਗਰਾਊਂਡ ਫਲੋਰ ਤੇ ਉਹਨੇ ਦਫ਼ਤਰ ਬਣਾਇਆ ਹੋਇਆ ਸੀਗਾ ਤੇ ਵਿੱਚ ਦੀ ਉਹਨੇ ਦਫ਼ਤਰ ਬੰਦ ਕਰਤਾ ਤੇ ਹੁਣ ਸਾਨੂੰ ਜਾਣਕਾਰੀ ਮਿਲੀ ਹੈ ਵੀ ਉੱਥੇ ਥਰਡ ਫਲੋਰ ਤੇ ਉਸੇ ਕੋਠੀ 'ਚ ਰਿਹਾਇਸ਼ੀ ਤੌਰ ਤੇ ਰਹਿੰਦੇ ਤੇ ਉਹਦੇ ਨਾਲ ਕੋਈ ਹੋਰ ਸਾਥੀ ਵੀ ਸ਼ਾਮਿਲ ਸੀਗਾ ਕਿ ਇਕੱਲੀ ਰੀਤ ਸਿੱਧੂ ਆ ਜੋ ਵੀ ਤੁਸੀਂ ਨਾਮ ਦੱਸ ਰਹੇ ਹੋ? ਹਾਂਜੀ ਜਦੋਂ ਮਤਲਬ ਜੀ ਅਸੀਂ ਪਹਿਲਾਂ ਕਈ ਵਾਰੀ ਇਹਦੇ ਕੋਲ ਆਉਂਦੇ ਸੀਗੇ ਉਦੋਂ ਇਹਦੇ ਕੋਲ ਇੱਕ ਲੇਡੀਜ਼ ਹੋਰ ਮਤਲਬ ਲੜਕੀ ਇਹਨੇ ਰੱਖੀ ਹੋਈ ਸੀ ਕੰਮ ਵਾਸਤੇ ਜੇ ਕੋ ਹਾਂ ਨਹੀਂ ਕੋਈ ਕੋਈ ਵੀ ਮਤਲਬ ਕੋਈ ਕੰਪਿਊਟਰ ਦਾ ਕੰਮ ਹੁੰਦਾ ਸੀ ਕੋਈ ਵੀ ਉਹ ਕਰਦੀ ਸੀ ਉਹਦਾ ਨਾਮ ਮੈਨੂੰ ਪਤਾ ਨਹੀਂ ਹੈ ਜੀ। ਕਿਹੜੀ ਜਥੇਬੰਦੀ ਤੁਹਾਡੇ ਨਾਲ ਆਈ ਹੈ ਚੱਲ ਕੇ? ਅਸੀਂ ਨੇ ਜੀ ਉਸ ਤੋਂ ਬਾਅਦ ਜਦੋਂ ਸਾਡੀ ਕੋਈ ਸੁਣਵਾਈ ਨਾ ਹੋਈ ਜਦੋਂ ਸਾਨੂੰ ਬਿਲਕੁਲ ਹੀ ਉਹ ਜਵਾਬ ਦੇਗੀ ਤੇ ਅਸੀਂ ਫਿਰ ਜਥੇਬੰਦੀ ਉਗਰਾਹਾਂ ਨੂੰ ਅਸੀਂ ਮਤਲਬ ਇਹ ਕੇਸ ਦਿੱਤਾ ਜੀ ਤੇ ਹੁਣ ਉਗਰਾਹਾਂ ਜਥੇਬੰਦੀ ਦਾ ਇਹ ਧਰਨਾ ਲੱਗਿਆ ਹੋਇਆ ਜੀ ਇੱਥੇ ਉਗਰਾਹਾਂ ਤੇ ਜੇ ਹੁਣ ਸਾਡੀ ਕੋਈ ਵੀ ਨਾ ਕੋਈ ਹੱਲ ਬਣਿਆ ਜੀ ਅਸੀਂ ਧਰਨਾ ਇਹੀ ਜਾਰੀ ਰੱਖਾਂਗੇ ਤੇ ਅੱਜ ਨਾਲੋਂ ਕੱਲ ਨੂੰ ਹੋਰ ਵੀ ਘੱਟ ਹੋਰ ਵੀ ਜ਼ਿਆਦਾ ਘੱਟ ਹੋਊਗਾ ਜੀ ਇੱਥੇ। ਇਹ ਨੋਟ ਕਰ ਲਵੇ ਬਾਰ ਬਾਰ ਪ੍ਰਸ਼ਾਸਨ ਦੋ ਦਿਨ ਧਰਨਾ ਲਾਇਨ ਨੂੰ ਹੋ ਗਿਆ ਇਹ ਕੋਠੀ ਉਹਨਾਂ ਦੀ ਆ ਸਿੱਧੂ ਲਿਖਿਆ ਹੋਇਆ ਵਾ 862 ਕੀ ਇਹ ਕੋਠੀ ਉਹਨਾਂ ਦੀ ਕਿਸੇ ਦੀ ਇੱਕ ਜਾਂ ਉਹਦੇ ਰਿਸ਼ਤੇਦਾਰ ਦੀ ਆ? ਹੁਣ ਤਾਂ ਜੀ ਇਹ ਸੁਣਿਆ ਵੀ ਇਹ ਕੋਠੀ ਇਹਦੇ ਕੋਲੇ ਰੈਂਟ ਤੇ ਆ ਜੀ ਮੈਂ ਨਹੀਂ ਪਤਾ ਜੀ ਕੋਈ ਰਿਸ਼ਤੇਦਾਰ ਦੀ ਕੋਠੀ ਹੈ ਜਾਂ ਕਿਸੇ ਦੇ ਨਿੱਜੀ ਹੋਰ। ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੁਹਾਡੇ ਕੋਲ ਆਇਆ? ਅਤੇ ਪੁਲਿਸ ਪ੍ਰਸ਼ਾਸਨ ਦਾ ਆਇਆ ਸੀਗਾ ਪਰ ਉਹਨਾਂ ਨੇ ਕੋਈ ਸਾਡਾ ਕੋਈ ਸਾਥ ਨਹੀਂ ਦਿੱਤਾ ਜੀ। ਠੀਕ ਨਹੀਂ ਕੋਈ ਗੱਲਬਾਤ ਕੋਈ ਉਹ ਨਹੀਂ ਕਰਿਆ ਸੀ ਉਹਨਾਂ ਨੂੰ ਆਖਿਆ ਵੀ 25,35,000 ਰੁਪਈਆ ਮਤਲਬ ਅਸੀਂ ਇਹਨੂੰ ਦਿੱਤਾ ਹੋਇਆ ਉਹ ਕਹਿੰਦੇ ਜੀ ਰਿਪੋਰਟ ਕਰਾ ਦਿਉ ਐਂ ਕਰਾ ਦਿਉ ਕੋਈ ਗੱਲ ਜੀ ਬਣੀ ਨਹੀਂ ਹੈਗੀ ਜੀ ਫਿਰ ਚਲੇ ਗਏ ਸੀਗੇ ਜੀ। ਹੁਣ ਤੁਹਾਡੀ ਮੰਗ ਕੀ ਹੈਗੀ ਆ ਤੁਸੀਂ ਕੀ? ਸਾਡੀ ਤਾਂ ਇਹ ਮੰਗ ਆ ਜੀ ਸਾਨੂੰ ਮੇਰੀ ਸਾਰੀ ਪੇਮੈਂਟ ਵਿਦ ਇੰਟਰਸਟ ਅਤੇ ਜਿੰਨਾ ਸਾਡਾ ਇੱਥੇ ਖਰਚਾ ਹੋ ਰਿਹਾ ਸਾਰਾ ਪੇਮੈਂਟ ਮੇਰੀ ਦਵਾਈ ਜਾਵੇ ਜੀ। ਅੱਛਾ ਇੱਕ ਚੀਜ਼ ਆ ਵੀ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈਗਾ ਹਾਂਜੀ ਅਤੇ ਤੁਸੀਂ ਵੀ ਪੜ੍ਹੇ ਲਿਖੇ ਹੋ ਹਾਂਜੀ ਹਾਂਜੀ ਤੁਸੀਂ ਵੀ ਇਹ ਜਿਹੜੇ ਪੈਸੇ ਆ ਕਿੱਥੋਂ ਮੈਨੇਜ ਕਰਕੇ ਦਿੱਤੇ ਸੀ? ਕੋਈ ਗਿਰਵੀ ਚੱਕੇ ਸੀ ਜ਼ਮੀਨ ਬਹਿ ਕੀਤੀ ਸੀਗੀ ਰਿਸ਼ਤੇਦਾਰਾਂ ਕੋਲ ਫੜੇ ਸੀ ਕੋਈ ਕਰਜ਼ਾ ਲਿਆ ਸੀਗਾ ਕਿ ਜਾਂ ਕੀ ਘਰ ਵਿੱਚ ਆ ਕੋਈ ਦੱਸੋ? ਮੈਂ ਜੀ ਆਪਣੀ ਜ਼ਮੀਨ ਵੇਚ ਕੇ ਠੀਕ ਨਹੀਂ 2 ਕਿੱਲੇ ਜ਼ਮੀਨ ਵੇਚੀ ਸੀ 2 ਕਿੱਲੇ ਜ਼ਮੀਨ ਵੇਚ ਕੇ ਮੈਂ ਸਾਰੀ ਪੇਮੈਂਟ ਇਹਨੂੰ ਦਿੱਤੀ ਹੈ ਜੀ। ਜੇ ਉਰੇ ਰੁਜ਼ਗਾਰ ਨਹੀਂ ਹੈਗਾ ਤਾਂ ਇਸ ਕਰਕੇ ਬਾਹਰ ਜਾਂਦੇ ਸੀਗੇ ਬਾਹਰ ਜਾਣ 'ਤੇ ਸਾਡੇ ਨਾਲ ਠੱਗੀ ਵਿੱਚ। ਕਿੰਨੇ ਪੜ੍ਹੇ ਲਿਖੇ ਹੋ ਤੁਸੀਂ? ਮੈਂ ਬੀਕੌਮ ਪ੍ਰੋਫੈਸ਼ਨਲ ਹਾਂ ਜੀ। ਬੀਕੌਮ? ਹਾਂਜੀ। ਤੂੰ ਦੇਖੋ ਵੀ ਬੀਕੌਮ ਪ੍ਰੋਫੈਸ਼ਨਲ ਨੌਜਵਾਨ ਆ ਔਰ ਕਿਤੇ ਨਾ ਕਿਤੇ ਸਜਬਾਗ ਜਿਹੜੇ ਆ ਏਜੰਟਾਂ ਵੱਲੋਂ ਦਿਖਾਏ ਜਾਂਦੇ ਨੇ ਔਰ ਪਹਿਲੀ ਵਾਰ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਕਿਸਾਨ ਜਥੇਬੰਦੀ ਵੱਲੋਂ ਇੱਥੇ ਧਰਨਾ ਲਗਾਇਆ ਗਿਆ। ਧਰਨੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਨੌਜਵਾਨ ਦੇ ਨਾਲ ਜਿਹੜੇ ਸਾਥੀ ਆ ਉਹ ਦੇਖੋ ਇੱਥੇ ਪ੍ਰੋਪਰ ਧਰਨਾ ਲਗਾਇਆ ਹੋਇਆ ਵਾ। ਮਾਵਾਂ ਵੀ ਆਈਆਂ ਹੋਈਆਂ ਨੇ ਭੈਣਾਂ ਵੀ ਆਏ ਹੋਈਆਂ ਨੇ ਬਾਬੇ ਵੀ ਆਏ ਹੋਏ ਨੇ ਕੁੱਲ ਮਿਲਾ ਕੇ ਇੱਕੋ ਸੰਦੇਸ਼ ਆ ਵੀ 2 ਦਿਨ ਹੋ ਗਏ ਆ ਬੈਠਿਆਂ ਨੂੰ ਔਰ ਲਗਾਤਾਰ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਉਹ ਇਸੇ ਤਰੀਕੇ ਨਾਲ ਲੜੀਵਾਰ ਇੱਥੇ ਪ੍ਰਦਰਸ਼ਨ ਕਰਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਰੀਤ ਸਿੱਧੂ ਨਾਮ ਦੀ ਇੱਕ ਮਹਿਲਾ ਵਾ ਨੈਨਾ ਸਪੋਰਟ ਦੇ ਨਾਮ ਤੋਂ ਬਿਜ਼ਨਸ ਚਲਾਉਂਦੀ ਸੀ ਜਿਸ ਨੇ ਸਾਰਾ ਹੀ ਇਹਨਾਂ ਨਾਲ ਠੱਗੀ ਦਾ ਜਿਹੜਾ ਇਹ ਟੰਗੋਸ ਆ ਉਹ ਰਚਿਆ ਵਾ। ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਅਗਰ ਠੱਗੀਆਂ ਜੈਂਟ ਮਾਰਦੇ ਰਹੇ ਤਾਂ ਪੰਜਾਬ ਦੇ ਵਿੱਚੋਂ ਯੂਨੀਅਨ ਆਣ ਕੇ ਕਿਸਾਨ ਯੂਨੀਅਨ ਇੱਦਾਂ ਹੀ ਜਿਹੜੇ ਆਪਣਾ ਕੰਪਨੀਆਂ ਵਾ ਉਹਨਾਂ ਦੇ ਅੱਗੇ ਧਰਨਾ ਪ੍ਰਦਰਸ਼ ਕਰਨਗੇ। ਜਿਹੜੇ ਏਜੰਟ ਹੁੰਦੇ ਨੇ ਸਜਬਾਗ ਦਿਖਾ ਕੇ ਜਾਂ ਪੁਲਿਸ ਨਾਲ ਮਿਲ ਕੇ ਇੱਥੋਂ ਦੀ ਭੱਜ ਜਾਂਦੇ ਨੇ ਪਰ ਅੱਜ ਪਹਿਲੀ ਵਾਰ ਮੋਹਾਲੀ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਵਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਆ ਕੇ ਏਜੰਟ ਦੇ ਘਰ ਦੇ ਅੱਗੇ ਪੱਕਾ ਧਰਨਾ ਲਗਾ ਦਿੱਤਾ ਵਾ। ਜਾਣਦੇ ਆ ਉਹਨਾਂ ਦੇ ਆਗੂ ਨਾਲ ਵੀ ਕੀ ਸਟ੍ਰੈਟਜੀ ਲੈ ਕੇ ਆਏ ਸਨ ਔਰ ਕੀ ਮੰਗ ਹੈਗੀ ਆ? ਕੀ ਨਾਮ ਹੈ ਤੁਹਾਡਾ? ਪ੍ਰਧਾਨ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਬਲਾਕ ਭੰਨੀਗੜ੍ਹ। ਅਤੇ ਕਿਉਂ ਆਏ ਹੋ ਤੁਸੀਂ ਸਰ ਵੀ ਕੌਣ ਸੀ ਨੌਜਵਾਨ ਔਰ ਕਿੰਨੇ ਦੀ ਠੱਗੀ ਹੋਈ ਆ ਔਰ ਕੀ ਮੰਗ ਹੈ? ਇਹ ਨੌਜਵਾਨ ਮੋਣਕ ਬਲਾਕ ਦਾ ਹੈ ਘੰਬੂਰ ਘਾਟ ਪਿੰਡ ਦਾ ਜਿਹਨੇ 25,35,000 ਰੁਪਈਆ ਇਸ ਮੈਡਮ ਨੂੰ ਦਿੱਤਾ ਜਿਹੜੀ ਇਹ ਹੜੱਪ ਕਰ ਗਈ ਜਿਹੜੀ ਇਹ ਧਮਕੀਆਂ ਮਾਰਦੀ ਰਹੀ ਹੈ ਉਹ ਬਹੁਤ ਚਿਰ ਫਿਰਦੇ ਰਹੇ। ਉਦੋਂ ਬਾਅਦ ਇਹ ਗੱਲ ਜਥੇਬੰਦੀ ਨੇ ਵਿਚਾਰ ਕੇ ਜਥੇਬੰਦੀ ਵੱਲੋਂ ਅਸੀਂ ਆਏ ਕੱਲ੍ਹ ਵੀ ਜਾਣੀ ਕਿ ਧਮਕੀਆਂ ਮਾਰ ਕੇ ਗਈ ਹੈ ਪਰ ਅੱਜ ਅਸੀਂ ਵੱਡੇ ਪੱਧਰ 'ਤੇ ਉਰੇ ਐਲਾਨ ਕੀਤਾ ਪ੍ਰਸ਼ਾਸਨ ਦੀਆਂ ਨਾਸਾਂ ਥੱਲੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇੱਥੇ ਦੇ ਲੀਡਰਾਂ ਦੀ ਮਿਲੀ ਭੁਗਤ ਨਾਲ ਇਹ ਵੱਡੇ ਕੇਂਦਰ ਨੇ ਜਿਹੜੇ ਮੋਹਾਲੀ ਚੱਲ ਰਹੇ ਆ
ये वर्कलाप असी 30 तरीक का ऐलान किया 30 तरीक न वड्डी गिणती लेके आवांगे इत्थे दे प्रशासन नूं दसांगे जिन्हें आके इत्थे बात नहीं पुछी भी तुसीं किवें बैठे हो कातों बैठे हो की करदी है मैडम कौन है मैडम इन्हां दा वड्डा ड्रग नाल संबंध है इन्हां दीआं तारां जिहड़ियां सुखबीर बादल तक जुड़ियां होईआं ਤਾਂ ਕਰਕੇ ਵੱਡੀਆਂ ਠੱਗੀਆਂ ਮਾਰਦੀਆਂ ਉਹਨਾਂ ਨੂੰ ਦੱਸ ਕੇ ਜਾਵਾਂਗੇ ਆਉਣ ਵਾਲੇ ਸਮੇਂ 'ਚ ਆਉਣ ਵਾਲੀ 30 ਤਰੀਕ ਨੂੰ ਪਹਿਲਾਂ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਵਾਂ ਤੁਸੀਂ ਜਿਵੇਂ ਸਪੀਚ ਵਿੱਚ ਬੋਲ ਰਹੇ ਸੀਗੇ ਵੀ ਜਿਹੜੀ ਮੈਡਮ ਆ ਜਿਹ 'ਚ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੇ ਜਿਹੜੇ ਪਤੀ ਆ ਉਹ ਵੀ ਕਿਸੇ ਮਾਮਲੇ 'ਚ ਇਨਵੋਲਵ ਆ ਤੁਸੀਂ ਦੋਸ਼ ਲਾਏ ਉਹ ਪੁਲਿਸ ਵਿੱਚ ਸੀਗੇ ਉਹ ਭੋਲੇ ਨਾਲ ਸੰਬੰਧਿਤ ਡਰੱਗ ਦੇ ਕੇਸ 'ਚ ਭਗੌੜੇ ਇਸ ਕਰਕੇ ਇਹਨਾਂ ਦੀਆਂ ਤਾਰਾਂ ਜਿਹੜੀਆਂ ਮਜੀਠੀਏ ਪਰਿਵਾਰ ਤੱਕ ਬਾਦਲ ਪਰਿਵਾਰ ਤੱਕ ਜੁੜੀਆਂ ਹੋਈਆਂ ਤਾਂ ਹੀ ਏਡੀਆਂ ਠੱਗੀਆਂ ਮਾਰ ਕੇ ਇਹਨਾਂ ਨੇ ਪੈਸੇ ਹੜੱਪ ਕਰਕੇ 50-50 ਲੱਖ ਦੀਆਂ ਕਾਰਾਂ 'ਚ ਇਹੋ ਜਿਹੇ ਵਧੀਆ ਸ਼ਹਿਰ 'ਚ ਰਹਿਣਾ ਪਸੰਦ ਕਰਦੇ ਹੈ ਐਵੇਂ ਨਹੀਂ ਰਹਿੰਦੇ ਹੈਗੇ ਲੀਡਰਾਂ ਦੀ ਸਰਪ੍ਰਸਤੀ ਥੱਲੇ ਪ੍ਰਸ਼ਾਸਨ ਦੀ ਸਰਪ੍ਰਸਤੀ ਥੱਲੇ ਉਹਨਾਂ ਦੀ ਮਿਲੀ ਭੁਗਤ ਨਾਲ ਇਹ ਚੀਰ ਕੇ ਵੰਡ ਕੇ ਖਾਂਦੇ ਨੇ ਮਾਸ ਜਿਹੜਾ ਲੋਕਾਂ ਦਾ ਝੂੰਡਦੇ ਨੇ ਇਸ ਕਰਕੇ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਆ ਬਹੁਤ ਆ ਪਿੱਛੇ ਤੁਸੀਂ ਦੇਖੋ ਵੱਡੇ ਪੱਧਰ 'ਤੇ ਇਹਨਾਂ ਦੇ ਪੀੜਤ ਨੌਜਵਾਨ ਹੈ ਜਿਹੜੇ ਨੌਜਵਾਨ ਬੱਚੀਆਂ ਜਿਹੜੀਆਂ ਉਹ ਖੜੀਆਂ ਨੇ ਇੱਥੇ 10 ਕੇਸ ਆ ਗਏ ਸਾਡੇ ਕੋਲ ਵੱਖ ਵੱਖ ਮਤਲਬ ਏਜੰਟਾਂ ਦੇ ਇਸ ਕਰਕੇ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਵੱਡੇ ਪੱਧਰ 'ਤੇ ਵੱਡੀਆਂ ਕੋਠੀਆਂ ਲੈ ਕੇ ਵੱਡੇ ਵੱਡੇ ਦਫ਼ਤਰ ਬਣਾ ਕੇ ਲੋਕਾਂ ਦੇ ਬੱਚਿਆਂ ਨੂੰ ਲੁੱਟਿਆ ਜਾ ਰਿਹਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਦਿੰਦੇ ਨੇ ਬਾਹਰ ਵਗ ਜਾਂਦੇ ਸਾਡੀ ਉੱਥੇ ਵੀ ਸੁਣਵਾਈ ਨਹੀਂ ਉੱਥੇ ਵੀ ਸਾਡੇ ਬੱਚੇ ਵੱਡੇ ਪੱਧਰ 'ਤੇ ਰੋਲ ਰਹੇ ਨੇ ਇਸ ਕਰਕੇ ਇੱਕ ਪਾਸੇ ਖਰਾਤਾਂ ਬਣ ਰਹੇ ਹੈ ਲੀਡਰ ਬੀਹਾਂ 'ਚ ਫਿਰ ਕੇ ਵੀ ਅਸੀਂ ਤੁਹਾਨੂੰ ਆਹ ਦੇਵਾਂਗੇ ਤੁਹਾਨੂੰ ਵਾਹ ਦੇਵਾਂਗੇ ਪਰ ਇੱਥੇ ਬਾਤ ਪੁੱਛਣ ਵਾਲਾ ਕੋਈ ਨਹੀਂ ਅੰਨੀ ਪੀਂਦੀ ਹੈ ਕੁੱਤੇ ਚੱਟਦੇ ਨੇ ਜਥੇ ਬੰਦਕ ਕਰਕੇ ਇਹ ਢਾਂਚਾ ਬੰਦ ਕਰਾਂਗੇ ਆਉਣ ਵਾਲੇ ਸਮੇਂ 'ਚ ਲੋਕ ਇਸ ਤਰ੍ਹਾਂ ਲੁੱਟੇ ਨਾ ਜਾਣ ਲੋਕ ਇਹਨਾਂ ਦੇ ਜੁੱਤੀਆਂ ਮਾਰਨ ਜਿਹੜੇ ਪਿੰਡਾਂ 'ਚ ਫਿਰਦੇ ਆ ਲੀਡਰ ਕਿਆ ਮਤਲਬ ਅਸੀਂ ਮੰਨ ਸਕਦੇ ਹਾਂ ਵੀ ਜਿਵੇਂ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਮੋਹਾਲੀ ਦੇ ਵਿੱਚ ਜਿਹੜੇ ਠੱਗ ਏਜੰਟ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਇੱਦਾਂ ਇਨਸਾਫ ਦਿਵਾਉਣ ਵਾਸਤੇ ਨੌਜਵਾਨਾਂ ਨੂੰ ਪੱਕੇ ਧਰਨੇ ਲਾਏ ਜਾਂਦੇ ਰਹਿਣਗੇ ਲੋਕਾਂ ਨੂੰ ਜਾਗਣਾ ਚਾਹੀਦਾ ਇਹਨਾਂ ਦੇ ਦਫ਼ਤਰਾਂ ਅੱਗੇ ਨਹੀਂ ਇਹਨਾਂ ਦੇ ਘਰਾਂ ਦੇ ਮੂਹਰੇ ਵੀ ਪਰਿਵਾਰ ਲੈ ਕੇ ਬੈਠਣਾ ਚਾਹੀਦਾ ਅਤੇ ਜਿਹੜੇ ਲੀਡਰ ਫਿਰਦੇ ਆ ਪਿੰਡਾਂ 'ਚ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਅਤੇ ਪ੍ਰਸ਼ਾਸਨ ਨੂੰ ਇਹ ਗੱਲ ਵੱਡੇ ਪੱਧਰ 'ਤੇ ਉਭਾਰ ਕੇ ਪੁੱਛਣੀ ਚਾਹੀਦੀ ਹੈ ਹੁਣ ਅਗਲਾ ਐਲਾਨ ਤੁਸੀਂ ਕੀ ਕਰਕੇ ਜਾ ਰਹੇ ਹੋ 30 ਤਰੀਕ ਨੂੰ ਵੱਡਾ ਇਕੱਠ ਲੈ ਕੇ ਆਵਾਂਗੇ ਸਾਰੀ ਮੋਹਾਲੀ ਨੂੰ ਦੱਸਾਂਗੇ ਵੀ ਇੱਥੇ ਦਾ ਪ੍ਰਸ਼ਾਸਨ ਇੱਥੇ ਦੇ ਲੀਡਰ ਕਿਵੇਂ ਲੋਕਾਂ ਨੂੰ ਲੁੱਟ ਕੇ ਜਿਹੜੇ ਡਰੱਗ 'ਚ ਫਸੇ ਹੋਏ ਲੋਕ ਨੇ ਉਹ ਦੁਬਾਰੇ ਫਿਰ ਕਿਹੜੇ ਤਰੀਕੇ ਨਾਲ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਦੀਆਂ ਆਹ ਕੋਠੀਆਂ ਨੇ ਵੱਡੀਆਂ ਕਰੋੜ ਰੁਪਏ ਦੀਆਂ ਇਹਨਾਂ ਕੋਲੇ ਕਾਰਾਂ ਕਿੱਥੋਂ ਆ ਗਈਆਂ ਇਸ ਕਰਕੇ ਵੱਡੇ ਪੱਧਰ 'ਤੇ ਗੱਲ ਨੂੰ ਜਦੋਂ ਆਪਾਂ ਸੁਣਿਆ ਕਿ ਜਿਨ੍ਹਾਂ ਦੇ ਦੋਸ਼ ਲੱਗੇ ਨੇ ਉਹ ਵੀ ਕੋਈ ਬਹਾਨਾ ਮਾਰ ਕੇ ਤਾਂ ਤੁਹਾਡੇ ਕੋਲ ਪ੍ਰੋਟੈਸਟ ਨੂੰ ਟੱਪ ਕੇ ਚਲੇ ਗਈ ਆ ਇੱਦਾਂ ਦੀ ਵੀ ਕੋਈ ਗੱਲ ਹੋਈ ਆ ਬਹਾਨਾ ਮਾਰ ਕੇ ਨਹੀਂ ਦਬਕੇ ਮਾਰ ਕੇ ਗਈ ਹੈ ਅੱਛਾ ਹਾਂ ਵੀ ਮੈਂ SSP ਨੂੰ ਫੋਨ ਕਰਦੀ ਹਾਂ ਹੁਣੇ ਮੈਂ ਬੁਲਾਉਂਦੀ ਹਾਂ ਤੁਹਾਡੇ 'ਤੇ ਪਰਚਾ ਕਰਾਊਂਗੀ ਕਿਉਂ ਉਹਨੂੰ ਪਤਾ ਨਹੀਂ ਸੀ ਵੀ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਜਾਬਤੇ ਵਾਲੇ ਲੋਕ ਨੇ ਇਹਨਾਂ ਨੇ ਵੱਡੀਆਂ ਚੀਕਾਂ ਕਢਵਾਈਆਂ ਨੇ ਤੂੰ ਕਾਹਦੀ ਵਿਚਾਰੀ ਹੈ ਕੋਈ SDM ਵਗੈਰਾ ਕੋਈ ਨਹੀਂ ਆਇਆ ਤੁਹਾਡਾ ਮੰਗ ਪੱਤਰ ਜਾਂ ਕੋਈ ਜਾਣਨ ਕੱਲ DSP ਆਇਆ ਸੀ SHO ਆਇਆ ਸੀ ਉਹ ਗੱਲਾਂ ਬਾਤਾਂ ਮਾਰ ਕੇ ਮੁੜ ਗਿਆ ਸੀ ਪਰਚਾ ਦੇ ਦੇਣਾ ਪਰਚਾ ਦੇਣ ਨੂੰ ਉਤਾਵਲੇ ਨੇ ਕਿਉਂ ਪਰਚੇ ਇਹਨਾਂ ਦੇ ਪਹਿਲੇ ਹੀ ਨੇ ਕ੍ਰਿਮੀਨਲ ਪਰਿਵਾਰ ਹੈ ਇਹ ਬਹੁਤ ਵੱਡੇ ਪੱਧਰ 'ਤੇ ਉਹ ਚਾਹੁੰਦੇ ਨੇ ਪਰਚਾ ਦੇਣ ਅਸੀਂ ਚਾਹੁੰਦੇ ਹਾਂ ਵੀ ਅਸੀਂ ਪੈਸੇ ਕਢਾਉਣੇ ਨੇ ਪਰਚਾ ਨਹੀਂ ਦਵਾਉਣਾ ਪਰਚਿਆਂ ਨਾਲ ਇੱਥੇ ਲਟੇਰਿਆਂ ਨੂੰ ਕੱਖ ਨਹੀਂ ਹੁੰਦਾ ਇਹਨਾਂ ਦੀ ਪਹੁੰਚ ਲੀਡਰਾਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਕੋਰਟ ਤੱਕ ਇਹਨਾਂ ਦੀ ਪਹੁੰਚ ਹੈ ਇਹ ਲੋਕਾਂ ਦਾ ਕੱਖ ਨਹੀਂ ਵਿਗਾੜ ਸਕਦੇ ਵੱਡੀਆਂ ਮੱਛੀਆਂ ਨੇ ਇਹਨਾਂ ਨੂੰ ਫੜਨ ਵਾਸਤੇ ਵੱਡੇ ਜਾਲ ਨੇ ਜਿਹੜੇ ਉਹ ਜਥੇਬੰਦੀਆਂ ਦੇ ਬੁਣਨੇ ਪੈਣਗੇ ਤਾਂ ਇਹ ਮੱਛੀਆਂ ਫੜੀ ਜਾਣਗੀਆਂ ਅਤੇ ਲੋਕਾਂ ਦਾ ਖੂਨ ਪੀ ਜਾਣਗੀਆਂ ਅਤੇ ਪੀ ਰਹੀਆਂ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਡਰੱਗ ਨਾਲ ਮਾਰਿਆ ਅਤੇ ਹੁਣ 25-25 ਲੱਖ ਨਗਦ ਲੈ ਕੇ ਲੋਕਾਂ ਨੂੰ ਮਾਰ ਰਹੇ ਨੇ ਥੈਂਕ ਯੂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤਸਵੀਰਾਂ ਦਿਖਾ ਦਿਓ ਵੀ ਇਹ ਕਿਸਾਨ ਯੂਨੀਅਨ ਦੇ ਆਗੂ ਆ ਜਿਹੜੇ ਕਿ ਸੰਗਰੂਰ ਤੋਂ ਆਏ ਆ ਦੂਰੋਂ ਦੂਰੋਂ ਆਏ ਆ ਦੂਜੇ ਜ਼ਿਲ੍ਹਿਆਂ ਤੋਂ ਵੀ ਆਣ ਕੇ ਸਾਥ ਦਿੱਤਾ ਉਹ ਗ੍ਰਾਹਾਂ ਦੇ ਇਹ ਸਾਰੇ ਮੈਂਬਰ ਨੇ ਕਿਸਾਨ ਨੇ ਔਰ ਜਿਹੜੇ ਨੌਜਵਾਨ ਨੇ ਪੈਸੇ ਦਿੱਤੇ ਆ ਉਸਦਾ ਕਹਿਣਾ ਕਿ ਉਸਨੇ ਵੀ 2 ਕਿੱਲੇ ਜ਼ਮੀਨ ਜਿਹੜੀ ਆ ਉਹ ਆਪਣੀ ਵੇਚ ਕੇ ਇਹਨਾਂ ਨੂੰ ਮਤਲਬ ਪੇਮੈਂਟ ਦਿੱਤੀ ਸੀ ਜਿਹਦੇ 'ਚੋਂ 2 ਲੱਖ ਰੁਪਈਆ ਜਿਹੜਾ ਉਹ ਅਕਾਊਂਟ 'ਚ ਪਾਇਆ ਸੀਗਾ ਔਰ ਜਿਹੜੀ ਬਾਕੀ ਰਕਮ ਆ ਉਹ ਆਪਣੇ ਕਿਸੇ ਜਾਣਕਾਰ ਦੀ ਹਾਜ਼ਰੀ ਦੇ ਵਿੱਚ ਜਿਹੜੀ ਰੀਤ ਸ਼ਰਮਾ ਵਾ ਉਸ ਨੂੰ ਦਿੱਤੇ ਸਨ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਐਡਾ ਵੱਡਾ ਪ੍ਰਦਰਸ਼ਨ ਹੋ ਗਿਆ ਵਾ ਔਰ 30 ਤਰੀਕ ਦੀ ਦੁਬਾਰਾ ਕਾਲ ਦਿੱਤੀ ਗਈ ਆ ਅਗਰ ਇਹ 30 ਤਰੀਕ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਪੱਕਾ ਧਰਨਾ ਮਾਰ ਕੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਮੋਹਾਲੀ ਤੋਂ ਦ ਫੈਕਟ ਨਿਊਜ਼ ਲਈ ਸਤਿੰਦਰ ਸੱਤੀ ਦੇ ਨਾਲ ਮੈਂ ਜਤਿੰਦਰ ਸਭਰਵਾਲ ਮੋਹਾਲੀ